सतगुरु तेरा ही आसरा। धन धन सतगुरु तेरा ही आसरा। धन धन सतगुरु केवल सतगुरु तेरा ही आसरा। रहती है पल पल छिन छिन रहे ध्यान तुम्हारे सतगुरु तेरा ही कुल संसार बने चाहे जीवन मुझ पर भार बने चाहे मौत गले भार बने रहे ध्यान तुम्हारे चरणों में तेरा ही सतगुरु
ਭਗਵਾਨ ਦਾਸ ਜੀ ਕਿਹੜੇ ਬਲਾਕ ਤੋਂ ਤੁਸੀਂ ਤੇ ਕਿਹੜੇ ਪਿੰਡ ਤੋਂ? ਮੈਂ ਭਗਵਾਨ ਦਾਸ ਸਤਿਗੁਰ ਤੇਰਾ ਹੀ ਸਤਿਗੁਰ ਤੇਰਾ ਹੀ ਅਮਨਦੀਪ ਮਾਲਕ ਦੇ ਚਰਨਾਂ ਚ ਜਾਪਰਾ ਜੀ ਇਹਨਾਂ ਦੀ ਬੇਟੀ ਦੀ ਇੱਛਾ ਸੀ ਮਾਨਵਤਾ ਦੀ ਸੇਵਾ ਕਰਨ ਦੇ ਖਾਤਰ ਜਦੋਂ ਮੈਂ ਇਸ ਦੁਨੀਆਂ ਚੋਂ ਜਾਵਾਂ ਤੇਰਾ ਹੀ ਮੇਰਾ ਜਿਹੜਾ ਸਰੀਰ ਆ ਮੈਡੀਕਲ ਸੋ ਬਹੁਤ ਵੱਡੀ ਕੁਰਬਾਨੀ ਆ ਉਹ ਭੈਣ ਦੀ ਜਿਨ੍ਹਾਂ ਨੇ ਇਨਸਾਨੀਅਤ ਦੀ ਸੇਵਾ ਕਰਦੇ ਕਰਦੇ ਆਖਰੀ ਸਮੇਂ ਵੀ ਇਹ ਸੋਚ ਕਰ ਲਈ ਵੀ ਮਾਨਵਤਾ ਦੀ ਸੇਵਾ ਕਰਨ ਤੋਂ ਬਾਅਦ ਮੇਰਾ ਸਰੀਰ ਮੈਡੀਕਲ ਵਾਸਤੇ ਦਾਨ ਕੀਤਾ ਤੇ ਤੁਹਾਨੂੰ ਪਰਿਵਾਰ ਮਾਂ ਬਾਪ ਭੈਣ ਭਾਈ ਜਿਨ੍ਹਾਂ ਨੇ ਰੂੜੀਵਾਦੀ ਸੋਚ ਤੋਂ ਉੱਪਰ ਉੱਠ ਕੇ ਆਪਣੇ ਗੁਰੂ ਸੰਤ ਡਾਕਟਰ ਜਗਮੀਤ ਰਾਮ ਪ੍ਰੀਤ ਸਿੰਘ ਈਸਾ ਜੀ ਦੀ ਪ੍ਰੇਰਨਾ ਸਦਕਾ ਉਹਨਾਂ ਦੇ ਵਚਨਾਂ ਤੇ ਫੁੱਲ ਚੜਾਉਂਦੇ ਹੋਏ ਅੱਜ ਇਹ ਸਰੀਰ ਰਿਸਰਚ ਸੈਂਟਰ ਮੁਜ਼ੱਫਰਨਗਰ ਵਿਖੇ। ਕਿੰਨਾ ਕੁ ਟਾਈਮ ਹੋ ਗਿਆ ਜੀ ਇਹਨਾਂ ਨੂੰ ਡੇਰੇ ਸੱਚੇ ਸੌਦੇ ਸਾਲ ਤੋਂ ਡੇਰੇ ਸੱਚੇ ਸੌਦੇ ਨਾਲ ਜੁੜੇ ਹੋਏ ਆ ਸਾਰਾ ਪਰਿਵਾਰ ਹੀ ਸੱਚੇ ਸੌਦੇ ਦੇ ਜੋ ਸ਼ਰਧਾਲੂ ਆ ਸੇਵਾ ਕਰ ਰਹੇ ਇਨਸਾਨੀਅਤ ਜਿਸ ਤਰ੍ਹਾਂ ਕਿਸੇ ਗਰੀਬ ਦਾ ਮਕਾਨ ਬਣਾ ਕੇ ਦਿੰਦੇ ਆ ਰੋਪਣ ਕਰਦੇ ਆ ਉਸ ਤੋਂ ਬਾਅਦ ਜਦੋਂ ਵੀ ਕਿਤੇ ਬਲੱਡ ਦੀ ਲੋੜ ਪੈਂਦੀ ਆ ਬਲੱਡ ਤੇ ਦਾਨ ਕਰਦੇ ਆ ਇਸ ਤਰ੍ਹਾਂ ਦੇ ਗੁਰੂ ਜੀ ਸੰਤ ਈਸਾ ਜੀ ਵੱਲੋਂ 167 ਮਾਨਵਤਾ ਭਲਾਈ ਦੇ ਕੰਮ ਸ਼ੁਰੂ ਕੀਤੇ ਹੋਏ ਆ ਉਹਨਾਂ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਪਰਿਵਾਰ ਲੈ ਰਿਹਾ। ਜਦੋਂ ਤੋਂ ਬਲੱਡ ਜਿਹੜੇ ਇਹ ਸਰੀਰ ਦਾਨ ਹੋਣ ਲੱਗੇ ਆ ਜੀ ਕੋਈ ਰਿਸਰਚ ਦੇ ਵਿੱਚ ਕੋਈ ਨਵਾਂ ਕੀਰਤੀਮਾਨ ਸਥਾਪਿਤ ਹੋਇਆ? ਹਾਂਜੀ ਇਹ ਨਾ ਹਿੰਦੁਸਤਾਨ ਦੇ ਮਤਲਬ ਬਹੁਤ ਵੱਡੇ ਵੱਡੇ ਹੋਸਪਿਟਲਾਂ ਦੇ ਡਾਕਟਰ ਸੰਤ ਡਾਕਟਰ ਗੁਰਮੀਤ ਰਾਮ ਰੇਮ ਸਿੰਘ ਇੰਸਾ ਜੀ ਨੇ ਸਤਸੰਗ ਦੇ ਵਿੱਚ ਜਾ ਕੇ ਅਰਜ਼ ਕੀਤੀ ਵੀ ਗੁਰੂ ਜੀ ਅਸੀਂ ਜੀਵ ਜੰਤੂਆਂ 'ਤੇ ਪ੍ਰਯੋਗ ਕਰਦੇ ਹਾਂ ਪਰ ਸਾਡਾ ਪ੍ਰਯੋਗ ਅਧੂਰਾ ਰਹਿ ਜਾਂਦਾ ਅਤੇ ਸਾਨੂੰ ਸੱਚ ਵਾਸਤੇ ਡਿੱਡ ਬੋਟਿਆਂ ਦੀ ਬੜੀ ਘਾਟ ਪੈ ਰਹੀ ਆ ਪਰ ਮਿਲ ਨਹੀਂ ਰਹੀ ਤੋ ਫਿਰ ਗੁਰੂ ਜੀ ਨੇ ਇਹਨਾਂ ਦੇ ਜਿਹੜੇ ਸੀ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਫਿਰ ਹਿੰਦੁਸਤਾਨ ਦੇ ਵਿੱਚ ਸਤਸੰਗਾਂ ਦੇ ਵਿੱਚ ਗੁਰੂ ਜੀ ਨੇ ਵਚਨ ਫਰਮਾਏ ਵੀ ਬੇਟਾ ਇਹ ਜਿਹੜਾ ਤੁਹਾਡਾ ਸਰੀਰ ਆ ਇਹ ਜ਼ਿਆਦਾ ਧਰਤੀ 'ਚ ਦਫਨਾ ਦਿਓ ਜਾਂ ਅਗਨੀ ਭੇਟ ਕਰ ਦਿਓ ਕਿਉਂ ਨਾ ਤੁਸੀਂ ਜਾਂਦੇ ਜਾਂਦੇ ਮਾਨਵਤਾ ਦੀ ਸੇਵਾ ਕਰਦੇ ਕਰਦੇ ਇਸ ਦੇ ਉੱਪਰ ਜੋ ਸਾਡੇ ਬੱਚੇ ਮੈਡੀਕਲ ਕਾਲਜਾਂ ਦੇ ਵਿੱਚ ਪੜ੍ਹਦੇ ਆ ਰਿਸਰਚ ਕਰ ਰਹੇ ਆ ਉਸ ਦੇ ਉੱਪਰ ਘੱਟੋ ਘੱਟ 50-55 ਡਾਕਟਰ ਤਿਆਰ ਹੁੰਦੇ ਆ ਜੀ। ਜਿਸ ਤਰ੍ਹਾਂ ਪਹਿਲਾਂ ਲੋਕ ਬਲੱਡ ਦੇਣ ਤੋਂ ਘਬਰਾਉਂਦੇ ਸੀਗੇ ਲੇਕਿਨ ਇੱਕ ਜਾਗ ਜਿਹੜੀ ਹੈਗੀ ਆ ਡੇਰਾ ਸੱਚਾ ਸੌਦਾ ਨੇ ਲਾਈ ਹੋਰ ਲੋਕਾਂ ਦੇ ਮਨਾਂ ਦੇ ਵਿੱਚ ਵੀ ਜਿਹੜੀ ਹੈਗੀ ਆ ਖੂਨ ਕਰਨ ਦੀ ਭਾਵਨਾ ਆਈ ਹੋਰ ਸੰਸਥਾਵਾਂ ਅੱਗੇ ਆਈਆਂ ਉਸੇ ਤਰ੍ਹਾਂ ਪੌਦੇ ਲਾਉਣ ਦੇ ਵਿੱਚ ਆਈਆਂ ਹੋਰ ਜੋ ਸੰਸਥਾਵਾਂ ਹੈਗੀਆਂ ਜਿਹੜੀਆਂ ਕੋਈ ਵੀ ਲੋਕ ਭਲਾਈ ਦੇ ਕੰਮ ਕਰਦੀਆਂ ਹੈਗੀਆਂ ਉਹਨਾਂ ਨੂੰ ਕੀ ਅਪੀਲ ਕਰੋਂਗੇ? ਇੱਕ ਜਿਵੇਂ ਤੁਸੀਂ ਸੰਸਥਾ ਚਲਾ ਰਹੇ ਹੋ ਛਾਸਤ ਨਾਮ ਜੀ ਗ੍ਰੀਨਨੈਸ ਕਮੇਟੀ ਤਾਂ ਉਸ ਦੇ ਤੌਰ 'ਤੇ ਤੁਸੀਂ ਦੂਜੀਆਂ ਸੰਸਥਾਵਾਂ ਨੂੰ ਵੀ ਅਪੀਲ ਕਰੋ ਵੀ ਇਸ ਕਾਰਜ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ। ਸਾਡੇ ਮੋਗਾ ਬਲਾਕ ਦੇ ਵਿੱਚ ਇਹ 35ਵੀਂ ਡੈੱਡ ਬੋਡੀ ਡੋਨੇਟ ਕਰ ਰਹੇ ਹਾਂ। ਅਸੀਂ ਅੰਤਿਮ ਯਾਤਰਾ ਜਿਹੜੀ ਇਹ ਨਗਰ ਦੇ ਵਿੱਚ ਜਾਵਾਂਗੇ ਅਸੀਂ ਉਹਨਾਂ ਸੰਸਥਾਵਾਂ ਨੂੰ ਅਪੀਲ ਵੀ ਕਰਾਂਗੇ ਕਰਦੇ ਵੀ ਰਹਿ ਰਹੇ ਹਾਂ ਵੀ ਦੇਖੋ ਜੀ ਜਦੋਂ ਮਾਲਕ ਦੁਆਰਾ ਸਵਾਸਾਂ ਦੀ ਪੂੰਜੀ ਨੂੰ ਪੂਰਾ ਕਰਕੇ ਸੰਸਥਾਨ ਇਸ ਦੁਨੀਆਂ ਤੋਂ ਜਾਂਦਾ ਕਿਉਂ ਸਾਡੇ ਜਿਹੜੇ ਬੱਚੇ ਮੈਡੀਕਲ ਨੋਨ ਮੈਡੀਕਲ 'ਚ ਬੱਚੇ ਪੜ੍ਹਦੇ ਆ ਉਹਨਾਂ ਨੂੰ ਇਹ ਸਰੀਰ ਜਿਹੜਾ ਮੈਡੀਕਲ ਖੋਜਾਂ ਵਾਸਤੇ ਦਾਨ ਕਰ ਦਿੱਤਾ ਜਾਵੇ ਅਤੇ ਇਸ ਦੇ ਉੱਪਰ ਜਿਸ ਤਰ੍ਹਾਂ ਸਾਨੂੰ ਕਾਲਾ ਪੀਲੀਆ ਏਡਸ ਭਿਆਨਕ ਹੋਰ ਬਿਮਾਰੀਆਂ ਜਿਹੜੀਆਂ ਇਨਸਾਨ ਨੂੰ ਲੱਗ ਰਹੀਆਂ ਇਹਦੇ 'ਤੇ ਰਿਸਰਚ ਹੋਏਗਾ ਰਿਸਰਚ ਤੋਂ ਬਾਅਦ ਡਾਕਟਰ ਤਿਆਰ ਹੋਣਗੇ ਤਾਂ ਬਹੁਤ ਵੱਡੀ ਸੇਵਾ। ਮੈਂ ਉਹਨਾਂ ਦੀ ਬੇਨਤੀ ਕਰਦਾ ਵੀ ਤੁਸੀਂ ਵੀ ਵੱਧ ਤੋਂ ਵੱਧ ਜਿਹੜੀ ਅਸੀਂ ਅੰਤਿਮ ਯਾਤਰਾ ਇਸ ਨਗਰ ਦੇ ਵਿੱਚ ਜਾਵਾਂਗੇ
ਤੋਂ ਸਾਡਾ ਤਾਂ ਇਹ ਵੀ ਵੱਧ ਤੋਂ ਵੱਧ ਪ੍ਰੇਰਿਤ ਹੋ ਕੇ ਇਸ ਪਾਸੇ ਆਉਣ ਔਰ ਕਾਫੀ ਲੋਕ ਇਹਦੇ ਵਾਸਤੇ ਆ ਵੀ ਰਹੇ ਆ। ਜਿਸ ਤਰ੍ਹਾਂ ਅਸੀਂ ਦੇਖਿਆ ਵੀ ਪਰਿਵਾਰ ਦੀ ਬਹੁਤ ਵੱਡੀ ਕੁਰਬਾਨੀ ਹੁੰਦੀ ਹੈ, ਕਿਉਂਕਿ ਕਈ ਵਾਰੀ ਕੋਈ ਰਿਸ਼ਤੇਦਾਰ ਨਹੀਂ ਮੰਨਦੇ ਜਾਂ ਪਰਿਵਾਰਕ ਮੈਂਬਰ ਨਹੀਂ ਮੰਨਦੇ ਜਾਂ ਕੋਈ ਮਹੱਲਾ ਵਾਸੀ ਜਿਹੜੇ ਹੈਗੇ ਕਿੰਤੂ ਪ੍ਰੰਤੂ ਕਰਦੇ ਆ, ਪਰ ਅਸੀਂ ਦੇਖਿਆ ਵੀ ਫੁੱਲਾਂ ਵਾਲੀ ਗੱਡੀ ਤਿਆਰ ਹੈਗੀ ਆ। ਇਸ ਕਿਸ ਤਰ੍ਹਾਂ ਤੁਸੀਂ ਵਿਦਾ ਕਰਦੇ ਹੋ ਇਸ ਜਿਹੜੀ ਹੈਗੀ ਆ ਉਹ ਸਰੀਰ ਨੂੰ? ਸ਼ਰਧਾਲੂ ਆ ਤਾਂ ਇਹਨਾਂ ਨੇ ਜਿਹੜਾ ਆਪਣੇ ਸੋਚ ਬਣਾ ਰੱਖੀ ਆ ਵੀ ਆਪਣੇ ਗੁਰੂ ਦੇ ਵਚਨਾਂ ਤੇ ਚੱਲ ਕੇ ਆਪਣਾ ਸਰੀਰ ਜੋ ਮੈਡੀਕਲ ਦਾਨ ਕੀਤਾ ਔਰ ਕਰ ਰਹੇ ਆ, ਬਹੁਤ ਵੱਡੀ ਸੇਵਾ ਹੈ ਇਹ। ਜਿਹੜੀ ਸੇਵਾ ਹੈਗੀ ਆ ਜਿਹੜੇ ਪ੍ਰੇਰਨਾ ਸਾਨੂੰ ਸਾਡੇ ਸਤਿਗੁਰ ਸੰਤ ਡਾਕਟਰ ਗੁਰਮੀਤ ਰਾਮ ਜੀ ਦੁਆਰਾ ਹੀ ਪ੍ਰੇਰਨਾ ਸਾਰਾ ਕੁਛ। ਬਹੁਤ ਬਹੁਤ ਧੰਨਵਾਦ ਜੀ, ਤੁਹਾਡਾ ਬਹੁਤ ਵੱਡੀ ਕੁਰਬਾਨੀ ਹੈਗੀ ਹੈ ਜੀ। ਇੱਕ ਵਾਰੀ ਨਾਅਰੇ ਦੇ ਰੂਪ ਦੇ ਵਿੱਚ ਤੁਸੀਂ ਇਹਨਾਂ ਨੂੰ ਸ਼ਰਧਾਂਜਲੀ ਭੇਟ ਕਰੋ। ਜਤਿੰਦਰ ਜੀ, ਤੁਹਾਡੇ ਕੀ ਲੱਗਦੇ ਸੀਗੇ ਅਮਨਦੀਪ ਜੀ ਕਦੋਂ ਤੋਂ ਤੁਸੀਂ ਡੇਰਾ ਸੱਚਾ ਸੌਦਾ ਦੇ ਨਾਲ ਜੁੜੇ? ਕਿੰਨੇ ਭੈਣ ਭਾਈ ਹੋ ਤੁਸੀਂ ਪਰਿਵਾਰ ਦੇ ਵਿੱਚ? ਤੇਰਾ ਹੀ ਆਸਰਾ। ਅੱਜ ਸਰੀਰ ਦਾਨ ਕੀਤਾ ਜਾ ਰਿਹਾ, ਵੈਸੇ ਤਾਂ ਬਹੁਤ ਵੱਡੀ ਕੁਰਬਾਨੀ ਹੈ ਜੀ ਇਹ ਪਰਿਵਾਰ ਵਾਸਤੇ, ਲੇਕਿਨ ਇੱਕ ਸਤਿਗੁਰ ਦੀ ਨਿਗਾਹ ਦੇ ਵਿੱਚ ਇਹ ਬਹੁਤ ਵੱਡੀ ਕੁਰਬਾਨੀ ਹੈ, ਕਿਉਂਕਿ ਜਾਂਦੇ ਜਾਂਦੇ ਵੀ ਉਹ ਮਨੁੱਖਤਾ ਦਾ ਜਿਹੜਾ ਹੈਗਾ ਸੇਵਾ ਕਰਕੇ ਚੱਲੇ ਆ। ਤਾਂ ਜਿਹੜਾ ਹੈਗਾ ਜੋ ਲੋਕ ਤੁਹਾਨੂੰ ਸੁਣ ਰਹੇ ਆ ਉਹਨਾਂ ਨੂੰ ਕੀ ਕਹੋਗੇ? ਸਰੀਰ ਦਾਨ ਕਰਨਾ ਚਾਹੀਦਾ। ਸਤਿਗੁਰੂ ਤੇਰਾ ਹੀ ਆਸਰਾ। ਸਤਿਗੁਰੂ, ਚਲੋ ਇਸੇ ਤਰ੍ਹਾਂ ਹੀ ਮਾਨ ਤੁਹਾਡਾ ਸਤਿਗੁਰ ਬਣਾਈ ਰੱਖੇ ਜੀ, ਕਿਉਂਕਿ ਸਤਿਗੁਰ ਹੀ ਹੌਸਲਾ ਦਿੰਦਾ ਹੈ, ਬਹੁਤ ਵੱਡੀ ਕੁਰਬਾਨੀ ਹੈ। ਧੰਨਵਾਦ ਜੀ। ਧੰਨ ਧੰਨ ਸਤਿਗੁਰੂ ਤੇਰਾ ਹੀ ਸਤਿਗੁਰ ਤੇਰਾ ਹੀ ਸਤਿਗੁਰ ਤੇਰਾ ਹੀ ਆਸਰਾ। ਸਤਿਗੁਰੂ ਧੰਨ ਧੰਨ ਸਤਿਗੁਰ ਤੇਰਾ ਹੀ ਆਸਰਾ। ਸਤਿਗੁਰੂ
ਆਸਰਾ ਤੇਰਾ ਹੀ।